ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਇੰਦਰ, ਗੋਲਡੀ ਇੰਦਰ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਐਂਡ ਥੈਂਕ ਯੂ ਸੋ ਮੱਚ, ਤੁਸੀਂ ਮੇਰੇ ਚੈਨਲ ਨੂੰ ਇੰਨਾ ਸਪੋਰਟ ਕਰ ਰਹੇ ਹੋ, ਮੇਰੇ ਡਿਜ਼ਾਈਨਸ ਨੂੰ ਇੰਨਾ ਪਸੰਦ ਕਰ ਰਹੇ ਹੋ। ਪਲੀਜ਼ ਇਦਾਂ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ, ਸਪੋਰਟ ਕਰਦੇ ਰਹੋ। ਜੋ ਵੀ ਮੇਰੇ ਚੈਨਲ ਤੇ ਨਵੇਂ ਨੇ ਇਸ ਵੀਡੀਓ ਨੂੰ ਦੇਖ ਰਹੇ ਨੇ, ਪਲੀਜ਼ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਐਂਡ ਅੱਗੇ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ। ਐਂਡ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਡਿਜ਼ਾਈਨਿੰਗਸ ਕਿੱਦਾਂ ਦੀਆਂ ਲੱਗ ਰਹੀਆਂ ਨੇ। ਅੱਜ ਮੈਂ ਤੁਹਾਡੇ ਸਾਹਮਣੇ ਦੋ ਹੈਂਡਵਰਕ ਦੇ ਸੂਟ ਲੈ ਕੇ ਆਈ ਹਾਂ ਅਤੇ ਦੋ ਫੁਲਕਾਰੀਜ਼ ਨੇ। ਫੁਲਕਾਰੀ ਨੇ ਜਿਹੜੀਆਂ ਉਹ ਬਿਲਕੁਲ ਇੱਕੋ ਜਿਹੀਆਂ ਨੇ, ਕਿਸੇ ਕਸਟਮਰ ਨੇ ਬਿਲਕੁਲ ਸੇਮ ਬਣਵਾਈਆਂ ਨੇ। ਬਟ ਮੈਂ ਨਾ ਤੁਹਾਨੂੰ ਇੱਕ ਖੋਲ ਕੇ ਦਿਖਾ ਦੂੰ, ਸੈਕਿੰਡ ਵਾਲੀ ਵੀ ਮੈਂ ਜ਼ਰੂਰ ਦਿਖਾਉਂਗੀ ਤੁਹਾਨੂੰ, ਬਟ ਉਹ ਦੋਨੋਂ ਸੇਮ ਨੇ ਬਿਲਕੁਲ। ਹੈਗੀ ਉਹ ਟੂਲ ਟਾਈਪ ਫੁਲਕਾਰੀਜ਼ ਨੇ, ਜਿਵੇਂ ਆਪਣੇ ਪੁਰਾਣੇ ਜ਼ਮਾਨੇ ਦੀਆਂ ਫੁਲਕਾਰੀਜ਼ ਹੁੰਦੀਆਂ ਸੀ ਉੱਦਾਂ ਦੀਆਂ ਨੇ, ਜਿਹੜਾ ਆਪਣਾ ਨੋਰਮਲ ਹੁਣ ਚੱਲ ਰਿਹਾ ਇੱਦਾਂ ਦੀਆਂ ਨਹੀਂ। ਪੁਰਾਣੇ ਜਿਹੜਾ ਸਮਾਂ ਹੁੰਦਾ ਸੀ ਉਹ ਵਾਲੀਆਂ ਫੁਲਕਾਰੀਜ਼, ਉੱਦਾਂ ਜਿਵੇਂ ਮੈਂ ਪਹਿਲਾਂ ਟੂਲ ਦੀ ਫੁਲਕਾਰੀ ਲੈ ਕੇ ਆਈ ਸੀ ਇੱਕ, ਉਹਦੇ ਨਾਲ ਦੀ ਹੈ, ਬਟ ਉਹ ਤੋਂ ਡਿਜ਼ਾਈਨਿੰਗ ਚੇਂਜ ਆ, ਕਿਸੇ ਨੇ ਆਪਣਾ ਡਿਜ਼ਾਈਨ ਭੇਜ ਕੇ ਸਾਡੇ ਤੋਂ ਬਣਵਾਈ ਆ। ਅੱਜ ਮੈਂ ਤੁਹਾਨੂੰ ਇੱਕ ਤਾਂ ਉਹ ਦਿਖਾਉਂਗੀ ਅਤੇ ਬਾਕੀ ਦੋ ਸੂਟ ਨੇ, ਇੱਕ ਯੈਲੋ ਕਲਰ ਦੇ ਵਿੱਚ, ਇੱਕ ਸੀ ਗ੍ਰੀਨ ਦੇ ਵਿੱਚ। ਐਂਡ ਦੋਨੋਂ ਹੀ ਉਹ ਹੈਂਡਵਰਕ ਨੇ। ਜਿਹੜਾ ਸੀ ਗ੍ਰੀਨ ਆ ਉਹ ਤਾਂ ਜਸਟ ਇੱਕ ਨੋਰਮਲ ਡਿਜ਼ਾਈਨ ਆ, ਜਿਵੇਂ ਆਪਾਂ ਡੇਲੀ ਵੇਅਰ ਵੀ ਕਰਨਾ ਹੋਵੇ, ਹੈ ਨਾ, ਜਾਂ ਮਾੜਾ ਮੋਟਾ ਪਾਰਟੀ 'ਤੇ। ਬਾਕੀ ਉਹ ਥੋੜ੍ਹਾ ਜਿਹਾ ਜਿਵੇਂ ਆਪਾਂ ਆਪਣੀ ਮੰਮਾ ਵਗੈਰਾ ਨੂੰ ਗਿਫਟ ਕਰਨਾ, ਉਹਨਾਂ ਲਈ ਉਹ ਪਰਫੈਕਟ ਸੂਟ ਕਰਦਾ ਆ, ਕਿਉਂਕਿ ਉਹ ਡਿਜ਼ਾਈਨ ਜਿਹੜਾ ਆ ਹਲਕਾ ਆ। ਐਂਡ ਹੈਗਾ ਵੀ ਉਹਨਾਂ ਲਈ ਆ ਜਿੰਨਾ ਆਪਾਂ ਆਪਣੇ ਮੰਮਾ ਨੂੰ ਜਾਂ ਆਪਾਂ ਥੋੜ੍ਹੀ ਜਿਹੀ ਏਜ ਵਾਲਿਆਂ ਨੇ ਪਾਉਣਾ ਹੋਵੇ। ਲਿਓ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੀ ਗ੍ਰੀਨ ਵਾਲਾ ਸੂਟ ਦਿਖਾਉਂਦੀ ਹਾਂ। ਇਹ ਸੀ ਗ੍ਰੀਨ ਦੇ ਉੱਪਰ ਬਣਿਆ ਹੋਇਆ, ਜਿਵੇਂ ਲਾਈਟ ਜਾਂ ਸੀ ਗ੍ਰੀਨ ਹੁੰਦਾ। ਇਹ ਵੀ ਹੈਂਡਵਰਕ ਆ ਸਾਰਾ, ਜਿਹੜਾ ਇਹ ਬਣਵਾਇਆ ਕਿਸੇ ਕਸਟਮਰ ਦਾ ਜੀ, ਉਹਨਾਂ ਨੇ ਆਪਣੀ ਮੰਮਾ ਦੇ ਲਈ ਬਣਵਾਇਆ, ਸੋ ਤਾਂ ਕਰਕੇ ਡਿਜ਼ਾਈਨ ਥੋੜ੍ਹਾ ਜਿਹਾ ਹਲਕਾ ਆ। ਐਂਡ ਥੋੜ੍ਹਾ ਜਿਹਾ ਉਹਨਾਂ ਨੇ ਘੇਰਾ ਬਣਵਾਇਆ। ਆਹ ਦੇਖੋ, ਜਿਵੇਂ ਆਪਾਂ ਸਿੰਪਲ ਅਤੇ ਸੋਬਰ ਜਿਹਾ ਪਾਉਣਾ ਹੁੰਦਾ ਨਾ, ਵੈਸੇ ਨੋਰਮਲ ਵੀਅਰ ਵੀ ਕਰਨਾ ਹੁੰਦਾ, ਉਵੇਂ ਬਣਵਾਇਆ ਹੋਇਆ। ਤਾਂ ਕਰਕੇ ਜ਼ਿਆਦਾ ਉਹ ਨਹੀਂ ਹੈਗਾ ਵੀ ਆਪਾਂ ਕਹੀਏ ਥੋੜ੍ਹਾ ਜਿਹਾ ਗਰਲਿਸ਼ ਲੁੱਕ ਆ, ਬਸ ਇਹ ਹੈ ਕਿ ਸਿੰਪਲ ਹੈ, ਕਿਉਂਕਿ ਇਹ ਉਹਨਾਂ ਦੇ ਮੰਮਾ ਦਾ, ਸੋ ਉਹਨਾਂ ਨੇ ਇੰਨਾ ਕੁ ਸਿੰਪਲ ਰੱਖਿਆ ਕਿ ਉਹ ਨੋਰਮਲ ਵੀਅਰ ਵੀ ਕਰ ਲੈਣ। ਕਈ ਵਾਰੀ ਉਹ ਪਾਰਟੀ ਵਗੈਰਾ 'ਚ ਵੀ, ਨੋਰਮਲ ਪਾਰਟੀ 'ਚ ਜਾਣਾ ਹੋਵੇ ਤਾਂ ਉਹਦੇ 'ਚ ਵੀ ਪਾ ਸਕਦੇ ਹਾਂ। ਜਿਹੜੀਆਂ ਛੋਟੀਆਂ ਛੋਟੀਆਂ ਬੂਟੀਆਂ ਇਹ ਤਿੱਲੇ ਦੇ ਨਾਲ ਸਾਰੀਆਂ ਪਈਆਂ ਹੋਈਆਂ, ਬਾਕੀ ਨੀਚੇ ਸਿੱਪੀ ਦੇ ਨਾਲ ਅਸੀਂ ਫਿਨਿਸ਼ਿੰਗ ਦਿੱਤੀ ਹੋਈ ਆ ਘੇਰੇ ਦੇ ਉੱਪਰ, ਤੁਸੀਂ ਇੱਦਾਂ ਨੋਰਮਲ ਵੀ ਬਣਵਾ ਸਕਦੇ ਹੋ। ਅਤੇ ਜਿਹੜੀਆਂ ਇਹਦੀਆਂ ਬਾਜੂ ਬਣੀਆਂ ਹੋਈਆਂ, ਬਾਜੂ ਇੱਧਰ ਬਣੀਆਂ ਹੋਈਆਂ, ਆਹ ਦੇਖੋ ਬਾਜੂ ਜਿਹੜੀਆਂ ਅਸੀਂ ਬਣਾਈਆਂ, ਬਾਜੂ ਨੂੰ ਅਸੀਂ ਆਹ ਦੇਖੋ ਐਵੇਂ ਬਣਾ ਦਿੱਤਾ ਕਿ ਇਹ ਸਾਰੀ ਬਾਜੂ 'ਤੇ ਆ ਜਾਣਗੀਆਂ ਆਪਣੀਆਂ, ਕਿਉਂਕਿ ਹੋਰ ਤਾਂ ਕੋਈ ਆਪਾਂ ਕੁਛ ਬਣਾ ਨਹੀਂ ਸੀ ਸਕਦੇ, ਕਿਉਂਕਿ ਕੋਈ ਫਲਾਵਰ ਨਹੀਂ ਸੀਗਾ। ਸੋ ਉਹਨਾਂ ਨੇ ਬਾਜੂ ਕਹੀਆਂ ਸੀ ਕਿ ਇੰਨਾ ਕੁ ਸਿੰਪਲ ਕਰਕੇ ਨਾ ਬਸ ਇੱਦਾਂ ਬੂਟੀਆਂ ਹੀ ਪਾ ਦਿਓ, ਇਸ ਕਰਕੇ ਜੀ ਇਹ ਸਾਰੀ ਬਾਜੂ 'ਤੇ ਆ ਜਾਣਗੀਆਂ, ਇੱਥੋਂ ਤੱਕ ਤਾਂ ਆਉਣਗੀਆਂ, ਤਾਂ ਇੰਨੀ ਸਾਰੀ ਕਵਰ ਹੋ ਜੂਗੀ ਤਾਂ ਸੋਹਣੀ ਲੱਗੂਗੀ। ਤਾਂ ਇਹਦੇ ਨਾਲ ਉਹਨਾਂ ਨੇ ਪਿਓਰ ਚਨੋਨ ਦਾ ਦੁਪੱਟਾ ਬਣਵਾਇਆ, ਉਹ ਤਾਂ ਸਿੰਪਲ ਹੀ ਆ, ਜਿਵੇਂ ਆਪਾਂ ਵੈਸੇ ਗੋਲਡਨ ਪਾਈਪਿੰਗ ਲਾ ਕੇ ਬਣਾ ਦਿੰਦੇ ਹਾਂ। ਅਤੇ ਇਹ ਥੋੜ੍ਹਾ ਜਿਹਾ ਉਹਨਾਂ ਦੇ ਲਈ ਆ, ਜਿਵੇਂ ਆਪਾਂ ਥੋੜ੍ਹਾ ਜਿਹਾ ਏਜ ਆਪਣੀ ਮੰਮਾ ਵਗੈਰਾ ਨੂੰ ਗਿਫਟ ਕਰਨਾ ਹੋਵੇ ਨੋਰਮਲ ਵੀਅਰ ਦੇ ਵਿੱਚ, ਤਾਂ ਸੋਹਣਾ ਲੱਗਦਾ। ਇਹ ਤਾਂ ਕਰਕੇ ਇੱਕ ਸਿੰਪਲ ਜਿਹਾ ਡਿਜ਼ਾਈਨ ਆ ਕਿ ਆਪਾਂ ਨੋਰਮਲ ਵੀ ਪੈ ਸਕਦਾ। ਬਾਕੀ ਜੇ ਇਹ ਥੋੜ੍ਹਾ ਜਿਹਾ ਲਾਈਟ ਕਲਰ ਆ, ਜੇ ਇਹਨੂੰ ਥੋੜ੍ਹੇ ਜਿਹੇ ਡਾਰਕ ਕਲਰ 'ਤੇ ਬਣਾ ਲਾਂਗੇ ਆਪਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਦਿਖੂਗਾ ਇਹ ਕਲਰ, ਕਿਉਂਕਿ ਗੋਲਡਨ ਆ ਨਾ, ਆਲਰੇਡੀ ਇਹ ਲਾਈਟ ਕਲਰ ਆ ਅਤੇ ਉਹਦੇ ਉੱਪਰ ਉਹ ਗੋਲਡਨ ਬਣਿਆ ਹੋਇਆ, ਸੋ ਥੋੜ੍ਹਾ ਜਿਹਾ ਆਪਾਂ ਨੂੰ ਇਹ ਡੱਲ ਜਿਹਾ ਲੱਗਦਾ ਹੋਊਗਾ। ਜੇ ਆਪਾਂ ਥੋੜ੍ਹਾ ਜਿਹਾ ਡਾਰਕ ਕਲਰ 'ਤੇ ਬਣਾ ਲਾਂਗੇ ਤਾਂ ਇਹ ਬਹੁਤ ਜ਼ਿਆਦਾ ਉੱਠ ਕੇ ਆਊਗਾ, ਕਿਉਂਕਿ ਗੋਲਡਨ ਤਾਂ ਵੈਸੇ ਹੀ ਡਾਰਕ ਕਲਰ 'ਤੇ ਸੋਹਣਾ ਲੱਗਦਾ। ਲਓ ਜੀ, ਹੁਣ ਮੈਂ ਤੁਹਾਨੂੰ ਦੂਸਰਾ ਸੂਟ ਦਿਖਾਉਂਦੀ ਹਾਂ। ਇਹ ਡਾਰਕ ਯੈਲੋ ਆ, ਜਿਹੜਾ ਇਹਦਾ ਕਲਰ ਆ ਬਹੁਤ ਜ਼ਿਆਦਾ ਪ੍ਰਿਟੀ ਆ, ਜੇ ਆਪਾਂ ਸਰਦੀਆਂ ਦੇ ਵਿੱਚ ਪਾਵਾਂਗੇ ਨਾ ਬਹੁਤ ਸੋਹਣਾ ਲੱਗੂਗਾ। ਜਿਹੜਾ ਇਹਦਾ ਦੁਪੱਟਾ ਨਾ ਉਹ ਰੈਡੀ ਹੋ ਰਿਹਾ, ਇਹ ਸਾਡੇ ਕੋਲੋਂ ਸਟਿੱਚ ਵੀ ਹੋਊਗਾ, ਮੈਂ ਤੁਹਾਨੂੰ ਇਹਦੀ ਫਿਨਿਸ਼ਿੰਗ ਵੀ ਜ਼ਰੂਰ ਦਿਖਾਉਂਗੀ। ਬਟ ਜੇ ਤੁਸੀਂ ਸਿੰਪਲ ਅਤੇ ਸੋਬਰ ਜਿਹਾ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਇਹੋ ਜਿਹੇ ਕਲਰ 'ਤੇ, ਤਾਂ ਬਹੁਤ ਸੋਹਣਾ ਲੱਗ ਰਿਹਾ, ਕਿਉਂਕਿ ਨਾ ਅੱਜ ਕੱਲ੍ਹ ਜਿਹੜੇ ਟ੍ਰੈਂਡ ਦੇ ਵਿੱਚ ਕਲਰ ਚੱਲ ਰਹੇ ਨੇ, ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਕਲੀਅਰ ਕਰਦਾ, ਜ਼ਿਆਦਾਤਰ ਜਿਵੇਂ ਯੈਲੋ ਆ, ਯੈਲੋ ਦੇ ਨਾਲ ਜਿਹੜਾ ਗ੍ਰੀਨ, ਮਜੈਂਟਾ, ਇਹੋ ਜਿਹੇ ਰੈੱਡ ਵਗੈਰਾ, ਹੈ ਨਾ, ਕੋਂਬੀਨੇਸ਼ਨਸ ਬਹੁਤ ਜ਼ਿਆਦਾ ਲਾਈਕ ਫੇਮਸ ਨੇ ਅਤੇ ਬਹੁਤ ਜ਼ਿਆਦਾ ਕਾਮਨ ਵੀ ਨੇ। ਬਟ ਜਿਹੜਾ ਹੁਣ ਇਹਦੇ ਨਾਲ ਟ੍ਰੈਂਡ ਚੱਲ ਰਿਹਾ ਉਹ ਕ੍ਰੀਮਿਸ਼ ਜਿਹਾ ਚੱਲ ਰਿਹਾ, ਜਿਵੇਂ ਇੱਕ ਤਾਂ ਆਫ ਵਾਈਟ ਹੁੰਦਾ, ਇੱਕ ਥੋੜ੍ਹਾ ਜਿਹਾ ਕ੍ਰੀਮ ਕਲਰ ਦੇ ਵਿੱਚ ਹੁੰਦਾ, ਉਹ ਦੁਪੱਟਾ ਇਹਦਾ ਰੈਡੀ ਹੋ ਰਿਹਾ। ਜਦੋਂ ਹੀ ਹੋ ਗਿਆ ਇਹ ਸਟਿੱਚ ਹੋਊਗਾ, ਮੈਂ ਤੁਹਾਨੂੰ ਉਹਦੇ ਨਾਲ ਫਿਨਿਸ਼ਿੰਗ ਦਿਖਾਉਂਗੀ। ਕਈ ਵਾਰੀ ਆਪਾਂ ਨੂੰ ਇੱਦਾਂ ਹੁੰਦਾ ਵੀ ਆਪਾਂ ਇਕੱਲਾ ਸੂਟ ਕਰਵਾਉਣਾ ਹੁੰਦਾ, ਇਹ ਡਿਜ਼ਾਈਨ ਨਾ ਤੁਸੀਂ ਪਹਿਲਾਂ ਵੀ ਮੇਰਾ ਦੇਖਿਆ ਹੋਇਆ, ਮੈਂ ਗ੍ਰੇ ਦੇ ਉੱਤੇ ਬਣਾਇਆ ਸੀ, ਪਰ ਹੁਣ ਕਿਸੇ ਨੇ ਯੈਲੋ ਦੇ ਉੱਤੇ ਬਣਵਾਇਆ। ਜਿਹੜਾ ਇਹ ਵਾਲਾ ਡਾਰਕ ਯੈਲੋ ਆ, ਇੱਕ ਤਾਂ ਲੈਮਨ ਜਿਹਾ ਸ਼ੇਡ ਹੁੰਦਾ, ਜਿਹੜਾ ਲੈਮਨ ਜਿਹਾ ਸ਼ੇਡ ਹੁੰਦਾ ਨਾ, ਮੇਰੇ ਹਿਸਾਬ ਨਾਲ, ਮੈਨੂੰ ਲੱਗਦਾ, ਕੀ ਪਤਾ ਸਾਰਿਆਂ ਦੀ ਸੋਚ ਇੱਕੋ ਜਿਹੀ ਨਹੀਂ ਹੁੰਦੀ, ਮੈਨੂੰ ਲੱਗਦਾ ਵੀ ਲੈਮਨ ਜਿਹਾ ਜਿਹੜਾ ਸ਼ੇਡ ਹੁੰਦਾ ਉਹ ਥੋੜ੍ਹਾ ਜਿਹਾ ਆਪਾਂ ਨੂੰ ਨਾ, ਮੀਨਸ ਜਦੋਂ ਆਪਾਂ ਵੀਅਰ ਕਰ ਲੈਂਦੇ ਹਾਂ ਉਹ ਥੋੜ੍ਹਾ ਜਿਹਾ ਜਚਦਾ ਘੱਟ ਆ ਮੇਰੇ ਹਿਸਾਬ ਨਾਲ। ਜਿਹੜਾ ਇਹ ਡਾਰਕ ਕਲਰ ਹੁੰਦੇ ਆ ਸਰਦੀਆਂ 'ਚ, ਵੈਸੇ ਵੀ ਚੰਗੇ ਲੱਗਦੇ ਆ, ਕੁਛ ਇਹਦੇ ਵਿੱਚ ਥੋੜ੍ਹਾ ਜਿਹਾ ਆਪਾਂ ਬ੍ਰਾਈਟ ਫੀਲ ਕਰਦੇ ਹਾਂ, ਤਾਂ ਇਹ ਬਹੁਤ ਪਿਆਰਾ ਕਲਰ ਆ। ਅਤੇ ਉਹਨਾਂ ਨੇ ਜਿਹੜਾ ਇਹ
आ देखो उदियां बाजू असी इदा बनाईया ने सिंपल, जेड़ा दा दुपट्टा बन रहा ना जी वह क्रीम कलर का बन रहा, तो जड़िया दो दो डब्बिया बनिया हुई ना यही दो डब्बिया वो चार कॉर्नरस के उत्ते आ। एंड जो यदि स्टिचिंग वगैरह हो गई ये पाइपिंग वगैरह लग गई तो यह बहुत ज़्यादा सोहना लगना। यह सिर्फ बाहों के उत्ते आ जिहड़ा ए वाला सी बनाया होया, ये बाहों के उत्ते बनाया होया आ। उन्होंने सिर्फ बाहां करवाइया तो सलवार करवाइया, ये तो बाजू हो गई, तो आ हो गई इन्हों की बॉटम। आ देखो ये इन्हों की बॉटम हो गई, इन्हों बॉटम से आऊगा असी इन्ना क चौड़ा कर दिता क्योंकि यदा जो स्ट्रेट सलवार आऊगी जे असी पोंचा पाना भी चाहिए तो पै भी जाऊगा, बट अजक जो ट्रेंड चल रहा वो सलवार स्ट्रेट का ही चल रहा, सो दैट्स वाई असी इदा ही करता। बाकी जो पोंचा बनना भी होगा तो आराम नाल बन जूगा, इदा की कोई गल नहीं भी जो असी इदा वर्क किया तो पोंचा नहीं बन सकता। जिन्हां नूं नहीं पसंद हैगा, बहुत सारे ने जिहड़े सिर्फ पटियाला शाही सलवारां ही वेयर करदे ने, बट जिवें ट्रेंड है हुण स्ट्रेट सलवार दा जां प्लाजो वगैरह दा है ना, उस हिसाब नाल भी बाकी अपनी अपनी चॉइस आ। इह उहदी बॉटम ते वर्क होया होया जिहड़ा उहनां दा घेरा होया होया ना, इह वाला असीं इदां सिप्पियां दे नाल कीता। पहलां ना असीं मशीन दे नाल इहनूं कीता सी, मैं तुहानूं इहदी रिव्यू दिंदी आ। पहलां असीं इह हैंड वर्क करके ना इहनूं मशीन दे नाल तिल्ले दे नाल इहनूं बणाया सी, बट सानूं ना वधिया नहीं लग्गिया, मीनस उहदे नाल ना जचिया नहीं जिहड़ी चीज़, जिवें इह हैंड वर्क आ ना तां असीं उहनूं तिल्ले दे नाल करता, सो असीं उस तों बाद ना इहनूं चेंज करता, असीं इहनूं हैंड वर्क दे नाल ही करता क्योंकि इह ना हैंड वर्क सारा हो रिहा, सूट दुपट्टा भी हैंड वर्क आ, इस करके असीं इहनूं हैंड वर्क 'च ही क्रिएट करता। तां गोल्डन दे नाल बहुत सोहना लग रहा, वो थोड़ा जा डल फील करवा रहा सी इहनूं, किला कीता तां असीं जरूर तिल्ले दे नाल ही सी, पर कई वारी ना किसे वर्क दे नाल मशीन वर्क हुंदा जिहड़ा जां मशीनारी वर्क हुंदा वह सूट करदा आ, कईआं दे नाल बिल्कुल सूट नहीं करता हैगा। हर एक चीज़ का अपना अपना फिनिशिंग देन दा है ना ढंग हुंदा, बाकी कपड़े ते डिपेंड करदा, कलर ते डिपेंड करदा, इस करके जी सानूं इह ज़्यादा फिनिशिंग लगी फिर असीं उहनूं कट कर दिता। एंड असीं इह बनाया आ, इह इहनां दे घेरे ते आऊगा, फ्रंट एंड बैक बनिया होया, इह फ्रंट आजूगा बैक आजू, जदों इहदी स्टिचिंग हो जूगी फिर तुहानूं इहदा एग्जैक्टली पता लग जू। एक इह सूट आ, बाकी तुसीं इहदा किसी भी कलर ते बनवा सकते हो, पर ट्राई करियो जे इहो जिहा डिज़ाइन बनवाउणा तां डार्क कलर ही चूज़ करियो, जिवें अजकल पर्पल बहुत चल रहा, येलो बहुत चल रहा है ना, ये दो कलर बहुत ट्रेंडिंग चा, सो तुसी ये भी बनवा सकते हो। तो दुपट्टा भी मैं जरूर शेयर कर दूंगी, जो भी बन गया वो मैं जरूर शेयर करूंगी, बाकी यदि स्टिचिंग तो बाद भी मैं थोड़े शेयर करूँ। प्लीज़ यदा भी तुसी स्क्रीनशॉट मार के सानू लाइक यदि प्राइस पता कर सकते हो। बाकी जिवें इन्होंने घेरा इदा बनवाया, तुसी इदा भी बनवा सकते हो, वर्क इधर भी ट्रांसफर कर सकते हो, जिवें साडा पहला डिजाइन से ग्रे वाला, तुसी प्लीज़ वीडियो चैक कर लियो, उहदे विच मैं पूरा ग्रे सूट भी दिखाया होया। नैक्सट मैं थोड़ा फुलकारी दिखाई है, ये जो कलर है फिर मैरून कलर आ, तो जो बनया हुआ कैमरी कॉटन से बनया हुआ। आ देखो ये आपू ना देखने तो इवें लगता भी जिमें अपन नॉर्मल फुलकारीज ने है ना उही वाला, मीनस उही वाला यह डिजाइन आ, पर जोड़ा ये वाला डिजाइन है ना पुराने टाइम का डिजाइन आ, जो हूँ बनता ना हूँ वाले तो ये वाले बहुत फर्क आ, कुछ माड़ा मोटा ये तोपे भी फर्क हों जरूर हों, जिमें आप हूँ बनाने हूँ कोई भी जना क्ढ सकता जोड़ा, पर यह वाले डिजाइन होंगे ना इदा के डिजाइन इदा के थोड़े जे वर्क होंगे जोड़े इदा के तोपे होंगे ये थोड़ा जहा मीनस आप जिन्होंने पुराने टाइम दीज़ा आदि होंगे ना उ बना सकते हैं। आ देखो ये इदा बनी हुई है फुलकारी, ए जिहड़ा आह बनिया होया, सॉरी इहनू स्किप करियो क्योंकि इहदे आ लगे आ ना तो फिर उदो माड़ा मोटा धागा वगैरह लग जांदा। एक तो यह सेंटर दे विच पई हुई है जी लड़ी टाइप, इहदे विच जिहड़ा असी कलर यूज़ किया होया स्किन ते ओरेंज किया होया, एक तो इहदे सेंटर दे विच आ, एक इहदे पल्ले ते आ, दोनों पल्लियां ते मीनस आ देखो दोनों पल्लियां ते इह डिज़ाइन बनिया होया, जदों आपां लवांगे पल्ले भी नीचे आउणगे, ठीक है जी, दोनों पल्ले नीचे आउणगे ते आ सेंटर च आ जूगा आह वाला जिहड़ा डिज़ाइन आ, ते इह बनिया होया कैमरिक कॉटन दे उत्ते। तां तुसीं ना ज़्यादा ट्राई करिया करो जदों इदां दे डिज़ाइन बनाउणे आ, पुराने जमाने दे डिज़ाइन बनाउणे आ, टूल फुलकारी वगैरह बनाउणी आ, प्लीज़ उहनूं उहदे ते ना बनाओ, मीनस जिवें आपां चनून वगैरह यूज़ करते हैं, कोशिश करिया करो भी वह कैमरिक कॉटन ते ही बने। कैमरी कॉटन तो यह हों भी आप कदे कदे चीज़ लैनी है, तो जी इस चीज़ बनती है ना ये शो करती है जिवें अपने पुराने समयाच बनदियां हुंदियां सी, क्योंकि हुण जिहड़ियां बनदियां ने वह सिर्फ चनून वगैरह ते ही बनदियां ने, ते जिहड़े उहदे तोपे आ ते इह तोपे च डिफरेंस हुंदा, आपां नूं देखण नूं इह लगदा वी इहदे विच की डिफरेंस होगा, पर इहदे तोपे च जरूर डिफरेंस है जी, इह पाउणा इह नॉर्मल पा नहीं सकदा हैगा वी, इह नहीं हैगा वी इह सारिआं नूं तोपा आउंदा, तोपा थोड़ा जिहा डिफरेंट हुंदा। सो आ देखो इदां आऊगी इह, जदों लवांगे इहदी इदां फिनिशिंग आऊगी, देखो इदां पल्ले ते रहूगा, इदां सेंटर दे विच आ जूगा,
ਤੇ ਜਿਹੜੇ ਅਸੀਂ ਆ ਇਹਦੇ ਵਿੱਚ ਗੋਟਾ ਲਗਾਇਆ ਹੋਇਆ ਨਾ ਇਹ ਡਿਜ਼ਾਈਨ ਹੀ ਇਦਾਂ ਸੀ ਇਹ ਅਸੀਂ ਆਪ ਨਹੀਂ ਲਗਾਇਆ ਮੀਨਸ ਅਸੀਂ ਤਾਂ ਸਾਰੇ ਤੇ ਵੀ ਕਰ ਸਕਦੇ ਸੀ ਬਟ ਜਿਹੜਾ ਉਹਨਾਂ ਨੇ ਡਿਜ਼ਾਈਨ ਭੇਜਿਆ ਸੀ ਉਹਨਾਂ ਦੀ ਕ੍ਰੀਏਸ਼ਨ ਇਹੀ ਸੀ ਕਿ ਸੈਂਟਰ ਦੇ ਵਿੱਚ ਉਹਨਾਂ ਦੇ ਗੋਟਾ ਲੱਗਣਾ ਚਾਹੀਦਾ ਤਾਂ ਅਸੀਂ ਤਾਂ ਕਰਕੇ ਗੋਲਡਨ ਲਗਾਇਆ ਕਿਉਂਕਿ ਮਹਿਰੂਨ ਦੇ ਉੱਤੇ ਗੋਲਡਨ ਜ਼ਿਆਦਾ ਸਜਦਾ ਤੇ ਜ਼ਿਗਜ਼ੈਗ ਵਾਲਾ ਗੋਟਾ ਆ ਇਹਦੇ ਨਾਲ ਮੈਚ ਕਰਦਾ ਜਿਹੜਾ ਆਹ ਵਾਲਾ ਫਲਾਰ ਪਿਆ ਹੋਇਆ ਇਹਦੇ ਨਾਲ ਮੈਚ ਕਰਦਾ ਇਹਦੇ ਨਾਲ ਇਹ ਥੋੜ੍ਹੀ ਜਿਹੀ ਭਰੀ ਭਰੀ ਲੱਗ ਰਹੀ ਆ ਜੇ ਅਸੀਂ ਇਦਾਂ ਹੀ ਖਾਲੀ ਛੱਡ ਦਿੰਦੇ ਹਨਾ ਫਿਰ ਥੋੜ੍ਹੀ ਜਿਹੀ ਖਾਲੀ ਖਾਲੀ ਜਿਹੀ ਲੱਗਣੀ ਸੀ ਇਸ ਕਰਕੇ ਇਹਦੇ ਨਾਲ ਭਰੀ ਭਰੀ ਲੱਗਦੀ ਆ ਪਰ ਇਹ ਬਹੁਤ ਸੋਹਣਾ ਲੱਗ ਰਿਹਾ ਦੁਪੱਟਾ ਬਹੁਤ ਜ਼ਿਆਦਾ ਬਾਕੀ ਇਹ ਕਿਤੇ ਕਿਤੇ ਲੈਣ ਵਾਲਾ ਜੇ ਇਹ ਨੋਰਮਲ ਵੀਅਰ ਤਾਂ ਆਪਾਂ ਇਹਨੂੰ ਕਰ ਨਹੀਂ ਸਕਦੇ ਇਹਦੇ ਨਾਲ ਸੂਟ ਵੀ ਬਣ ਸਕਦੇ ਅਗਰ ਤੁਸੀਂ ਬਣਾਉਣਾ ਚਾਹੋ ਇਦਾਂ ਦਾ ਸੂਟ ਵੀ ਬਣ ਸਕਦਾ ਪਰ ਸੂਟ ਥੋੜ੍ਹਾ ਜਿਹਾ ਆਪਾਂ ਹੈਵੀ ਕਾਟਨ ਲਵਾਂਗੇ ਜ਼ਿਆਦਾ ਵਧੀਆ ਰਹਿੰਦਾ ਬਾਕੀ ਬਾਗ ਵਗੈਰਾ ਵੀ ਰੈਡੀ ਹੋ ਰਹੇ ਆ ਬਾਗ ਵਗੈਰਾ ਦੇ ਵਿੱਚ ਇਹ ਹੁੰਦਾ ਜੀ ਉਹ ਨਾ ਕਾਫੀ ਟਾਈਮ ਲੈਂਦਾ ਕਿਉਂਕਿ ਉਹਨੂੰ ਸਾਰੇ ਨੂੰ ਕਵਰ ਕਰਨਾ ਹੁੰਦਾ ਉਹ ਤਾਂ ਨੀਅਰਲੀ ਤੁਸੀਂ ਇਹ ਮੰਨ ਕੇ ਚੱਲੋ ਕਿ 6 to 7 month ਲੈ ਲੈਂਦਾ ਹੈ ਜੇ ਆਪਾਂ ਬਾਗ ਖੱਦਰ 'ਤੇ ਐਗਜੈਕਟ ਖੱਦਰ 'ਤੇ ਤਿਆਰ ਕਰਦੇ ਹਾਂ ਤਾਂ ਉਹਦੀ ਵੀ ਵੀਡੀਓ ਮੈਂ ਜ਼ਰੂਰ ਲੈ ਕੇ ਆਊਂ ਜਦੋਂ ਵੀ ਰੈਡੀ ਹੋਊਗਾ ਹਜੇ ਤਾਂ ਨਹੀਂ ਰੈਡੀ ਹੋਣਾ ਕਿਉਂਕਿ ਹਜੇ ਤਾਂ ਸਿਰਫ ਸਟਾਰਟਿੰਗ ਹੈ ਸੋ ਲੱਗ ਜਾਂਦੇ 3-4 ਮਹੀਨੇ ਆਰਾਮ ਨਾਲ ਲੱਗਣਗੇ ਸੋ ਜਦੋਂ ਵੀ ਕੁਛ ਬਣ ਗਿਆ ਮੈਂ ਜ਼ਰੂਰ ਲੈ ਕੇ ਆਊਂ ਪਰ ਇੱਦਾਂ ਦੀਆਂ ਚੀਜ਼ਾਂ ਤਾਂ ਮੈਂ ਕੁਛ ਨਾ ਕੁਛ ਬਣਾਉਂਦੀ ਰਹਿੰਦੀ ਹਾਂ ਕੁਛ ਨਾ ਕੁਛ ਮੈਨੂੰ ਇੱਦਾਂ ਦੇ ਆਰਡਰ ਆਉਂਦੇ ਰਹਿੰਦੇ ਆ ਇਹ ਟ੍ਰੈਡੀਸ਼ਨਲ ਚੀਜ਼ਾਂ ਨੇ ਜਿਹੜੀਆਂ ਆਪਾਂ ਆਲਵੇਜ਼ ਆਪਣੇ ਕੋਲ ਹੈ ਨਾ ਸੰਭਾਲ ਕੇ ਰੱਖਦੇ ਹਾਂ ਅਤੇ ਹਮੇਸ਼ਾ ਆਪਣੇ ਇਹ ਕੋਲ ਰਹਿੰਦੀਆਂ ਨੇ ਅਤੇ ਸੋਹਣੀਆਂ ਵੀ ਲੱਗਦੀਆਂ ਨੇ ਅਤੇ ਵਿਆਹ ਸ਼ਾਦੀ 'ਚ ਲਈ ਹੋਵੇ ਕੁਛ ਡਿਫਰੈਂਟ ਜੀ ਲੱਗਦੀ ਆ ਵੈਸੇ ਵੀ ਸੋਹਣੀ ਲੱਗਦੀ ਆ ਇਹ ਇਹਨਾਂ ਨੇ 2 ਪੀਸ ਬਣਾਇਆ ਦੇਖੋ ਆ ਵੀ ਇਹਦਾ ਸੇਮ ਪੀਸ ਆ ਬਿਲਕੁਲ ਉਹਨਾਂ ਨੇ ਇੱਕੋ ਜਿਹੀਆਂ ਬਣਾਈਆਂ ਨੇ ਅਤੇ ਮਹਿਰੂਨ ਕਲਰ ਆ ਤੁਸੀਂ ਇਹਨੂੰ ਰੈੱਡ 'ਤੇ ਵੀ ਬਣਵਾ ਸਕਦੇ ਹੋ ਇਹ ਤੁਹਾਡੀ ਵਿਸ਼ ਹੈ ਤੁਸੀਂ ਕਿਸੇ ਮਰਜ਼ੀ ਕਲਰ 'ਤੇ ਬਣਾ ਸਕਦੇ ਹੋ ਐਂਡ ਪਲੀਜ਼ ਇਹਦਾ ਵੀ ਸਾਨੂੰ ਸਕਰੀਨਸ਼ੋਟ ਕਰਕੇ ਤੁਸੀਂ ਇਹਦੀ ਰੇਂਜ ਪਤਾ ਕਰ ਸਕਦੇ ਹੋ ਥੋੜ੍ਹਾ ਬਹੁਤਾ ਚੇਂਜ ਕਰਵਾ ਸਕਦੇ ਹੋ ਤੁਹਾਡੀ ਵਿਸ਼ ਹੈ ਤਾਂ ਇਹ ਇੱਕ ਕੈਮਰੀ ਕਾਟਨ 'ਤੇ ਫੁਲਕਾਰੀ ਬਣੀ ਹੋਈ ਹੈ ਜੀ ਇਹ 2 ਸੂਟ ਸੀ ਜੀ ਹੈਂਡ ਵਰਕ ਜਿਹੜਾ ਇੱਕ ਸੀ ਗ੍ਰੀਨ ਅਤੇ ਯੈਲੋ ਵਾਲਾ ਸੀ ਗ੍ਰੀਨ ਥੋੜ੍ਹਾ ਜਿਹਾ ਉਹ ਵਾਲਾ ਡਿਜ਼ਾਈਨ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਰਿਪੀਟ ਕੀਤਾ ਆ ਕਿ ਜਿਵੇਂ ਆਪਾਂ ਆਪਣੇ ਮੰਮਾ ਵਗੈਰਾ ਨੂੰ ਗਿਫਟ ਕਰਨਾ ਹੋਵੇ ਕਿਉਂਕਿ ਉਹ ਥੋੜ੍ਹਾ ਜਿਹਾ ਗਰਲਿਸ਼ ਲੁੱਕ ਨਹੀਂ ਦਿੰਦਾ ਜਿਹੜਾ ਇਹ ਯੈਲੋ ਆ ਇਹ ਆਪਾਂ ਨੂੰ ਗਰਲਿਸ਼ ਲੁੱਕ ਦਿੰਦਾ ਇਹ ਤੁਸੀਂ ਕਿਸੇ ਵੀ ਕਲਰ 'ਤੇ ਬਣਵਾ ਸਕਦੇ ਹੋ ਘੇਰਾ ਬਣਾਉਣਾ ਘੇਰਾ ਸਾਰੇ ਕਮੀਜ਼ 'ਤੇ ਕਰਾਉਣਾ ਸਾਰੇ ਕਮੀਜ਼ 'ਤੇ ਬਾਕੀ ਜਦੋਂ ਉਹ ਰੈਡੀ ਹੋ ਗਿਆ ਮੈਂ ਜ਼ਰੂਰ ਤੁਹਾਨੂੰ ਉਹਦੇ ਦੁਪੱਟੇ ਨਾਲ ਵੀ ਉਹਦੀ ਫਿਨਿਸ਼ਿੰਗ ਦਿਖਾਉਂਗੀ ਐਂਡ ਜਿਹੜੀ ਇਹ ਫੁਲਕਾਰੀ ਹੈ ਇਹਨੂੰ ਸਾਨੂੰ ਟਾਈਮ ਚਾਹੀਦਾ ਜੀ ਨੀਅਰਲੀ 3 month ਜੇ ਤੁਸੀਂ ਬਣਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਇਹਦੇ ਲਈ 3 month ਘੱਟੋ ਘੱਟ ਚਾਹੀਦੇ ਨੇ ਬਣਾਉਣ ਦੀ ਖਾਤਰ ਬਾਕੀ ਤੁਸੀਂ ਇਹਦਾ ਸਕਰੀਨਸ਼ਾਟ ਕਰਕੇ ਸਾਨੂੰ ਇਹਦੀ ਰੇਂਜ ਪਤਾ ਕਰ ਸਕਦੇ ਹੋ ਸੋ ਪਲੀਜ਼ ਇਦਾਂ ਹੀ ਸਪੋਰਟ ਕਰਦੇ ਰਹੋ ਇਦਾਂ ਹੀ ਮੇਰੇ ਡਿਜ਼ਾਈਨਸ ਨੂੰ ਪਸੰਦ ਕਰਦੇ ਰਹੋ ਜੋ ਵੀ ਮੇਰੇ ਚੈਨਲ 'ਤੇ ਨਵੇਂ ਨੇ ਪਲੀਜ਼ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਤਿ ਸ਼੍ਰੀ ਅਕਾਲ